ਇਹ ਜਿਹੜਾ ਐਮਰਜੈਂਸੀ ਬਟਨ ਇਹ ਵਾਲਾ ਐਮਰਜੈਂਸੀ ਬਟਨ ਇਹ ਆਨ ਇਹਨੂੰ ਇੰਜ ਕਰਨਾ ਜਦੋਂ ਥੱਲੇ ਹੋਣਾ ਨਾ ਅਤੇ ਇਹ ਹੋਣਾ ਜਿਹੜਾ ਨਾ ਐਮਰਜੈਂਸੀ ਲੱਗੀ ਸਟਾਪ ਹੋਇਆ ਇਹਨੂੰ ਜਦੋਂ ਘੁਮਾ ਕੇ ਤਾਂ ਕਰ ਛੱਡਣਾ ਨਾ ਇੰਜ ਘੁਮਾ ਕੇ ਤਾਂ ਕਰ ਛੱਡਣਾ ਅਤੇ ਹੁਣ ਤੁਸੀਂ ਸਟਾਰਟ ਕਰ ਸਕਦੇ ਇਹਨੂੰ ਤੁਸੀਂ ਇੰਜ ਕਰਨਾ ਦਬਾ ਕੇ ਰੱਖਣਾ ਹੈ ਚਾਰ ਪੰਜ ਸੈਕਿੰਡ ਸਟਾਰਟ ਹੋ ਗਈ ਹੁਣ ਠੀਕ ਹੈ ਸਟਾਰਟ ਹੋ ਗਈ ਆਵਾਜ਼ ਉਹਨੇ ਦਿੱਤੀ ਹੈ ਉਹ ਗ੍ਰੀਨ ਲਾਈਟ ਚੱਲਣ ਲੱਗ ਪਈ ਹੈ ਠੀਕ ਹੈ ਹੁਣ ਇਹ ਬਾਕੀ ਲਾਈਟਾਂ ਨੇ ਐਮਰਜੈਂਸੀ ਲਾਈਟਾਂ ਨੇ ਇਹ ਨਹੀਂ ਕੰਮ ਕਰਦੀਆਂ ਪਈਆਂ ਠੀਕ ਹੈ ਚਾਰ ਫੰਕਸ਼ਨ ਨੇ ਇਧਰ ਨੂੰ ਕਰਾਂਗੇ ਤੇ ਟਰੈਵਲਿੰਗ ਹੁੰਦੀ ਹੈ ਲੇਕਿਨ ਟਰੈਵਲਿੰਗ ਇਹਦੇ ਵਿੱਚ ਨਹੀਂ ਹੈ ਪੂਰੀ ਕਰੇਨ ਜਿਹੜੀ ਹੈ ਨਾ ਪੂਰਾ ਖੰਭਾ ਹੀ ਟੁਰਦਾ ਖੰਭਾ ਪੂਰਾ ਖੰਭਾ ਹੀ ਆ ਜਿਹੜਾ ਵੇ ਟੁਰਦਾ ਉਹ ਇਹਦੇ ਚ ਨਹੀਂ ਹੈ ਫੰਕਸ਼ਨ ਇਹ ਸਮਝ ਲਓ ਖਤਮ ਹੋ ਗਿਆ ਇਹ ਵਾਲਾ ਖਤਮ ਹੋ ਗਿਆ ਹੁਣ ਇਹ ਜਿਹੜਾ ਨਾ ਇਹਨੂੰ ਇਹ ਲਾਜ਼ਮੀ ਦਵਾਉਣਾ ਹਾਂਜੀ ਬਾਸ ਭਾਈ ਹਾਂਜੀ ਹਾਂਜੀ ਕਿਉਂ ਚਲੋ ਵੇਖ ਲਓ ਜੇ ਤੁਸੀਂ ਵੀ ਦਿਖਾਉਣੀ ਹੋਈ ਨਾ ਤੇ ਜੇ ਆਪਣੀ ਆ ਜਾਓਗੇ ਗੇਟ ਤੋਂ ਫਿਰ ਮੇਰੀ ਵੀ ਫੜ ਲਿਆ ਜੇ ਤੁਸੀਂ ਜਾਓਗੇ ਤੇ ਡੇਢ ਵੀ ਆ ਗਿਆ ਜੇ ਕੋਈ ਮੁਸ਼ਕਿਲ ਨਹੀਂ ਹੈ ਤੁਸੀਂ ਜਾਓ ਤੇ ਭਾਵੇਂ ਡੇਢ ਪੌਣੇ ਠੀਕ ਹੈ ਜਿਹੜਾ ਲੀਵਰ ਹੈ ਅਗਰ ਮੂਵਮੈਂਟ ਇਹਦੇ ਦਬਾਉਣ ਨਹੀਂ ਹੋਣੀ ਦਬਾਉਣ ਨਹੀਂ ਹੋਣੀ ਇੰਜ ਨਹੀਂ ਹੋਣੀ ਦੇਖਿਆ ਇਹ ਅੜ ਗਿਆ ਇਹਨੂੰ ਤੁਸੀਂ ਦਬਾਉਣਾ ਤੇ ਇਹਦੇ ਵਿੱਚ ਪੰਜ ਗੇਅਰ ਨੇ 1 2 3 4 5 ਫਰੰਟ ਤੇ ਛੋਟੇ ਛੋਟੇ ਹਾਂਜੀ ਇੰਜੀ 1 2 3 4 5 ਬੈਕ ਸਾਈਡ ਨੂੰ ਵੀ ਪੰਜ ਨੇ ਠੀਕ ਹੈ ਇੱਧਰ ਨੂੰ ਵੀ ਪੰਜ ਨੇ ਇੱਧਰ ਨੂੰ ਵੀ ਪੰਜ ਸਾਰਿਆਂ 'ਚ ਪੰਜ ਪੰਜ ਨੇ ਠੀਕ ਹੈ ਹੁਣ ਜਦੋਂ ਤੁਸੀਂ ਇਹਨੂੰ ਦਬਾ ਕੇ 1 ਕਰਨਾ ਨਾ ਉਹ ਡਾਊਨ ਹੋਣ ਲੱਗ ਪਈ ਆਰਾਮ ਨਾਲ ਡਾਊਨ ਹੋਣ ਲੱਗ ਪਈ ਠੀਕ ਹੈ ਆਰਾਮ ਨਾਲ ਹੋਣ ਫਿਰ ਤੂੰ ਇਹ ਵੇਖ ਇੱਕ ਦਫ਼ਾ ਟੀ ਹੋਣਾ ਕਿਹਦਾ ਦੋ ਦਫ਼ਾ ਤਿੰਨ ਦਫ਼ਾ ਚਾਰ ਦਫ਼ਾ ਪੰਜ ਦਫ਼ਾ ਐ 6 ਦਫ਼ਾ ਮਤਲਬ ਪੰਜ ਦਫ਼ਾ ਲਾਸਟ ਜਿਹੜਾ ਨਾ ਉਹ ਅੜ ਜਾਂਦਾ ਆਖਰ ਤੇ ਉਹ ਥੱਲੇ ਚਲਾ ਨਹੀਂ ਨਹੀਂ ਇਹ ਥੋੜ੍ਹੀ ਇੱਕ ਸਵਿੰਗ ਹੋਈ ਹੈ ਨਾ ਇਸ ਵਾਸਤੇ ਹਵਾ ਤੇ ਨਹੀਂ ਹੁੰਦੀ ਉਂਝ ਠੀਕ ਹੈ ਉਹ ਲਾ ਕੇ ਉਹਦੇ ਬਾਅਦ ਇਹਨੂੰ ਤੁਸੀਂ ਦਬਾ ਕੇ ਨਾ ਇੰਜ ਜਿਹੜਾ ਨਾ ਬੈਕ ਸਾਈਡ ਦੇ ਐਸੇ ਸਪੀਡ ਨਾ ਕਰਨਾ ਅਤੇ ਉੱਧਰ ਧਿਆਨ ਮਾਰਨਾ ਜਾਂ ਉਹਦੀ ਵਾਇਰਲੈਸ ਧਿਆਨ ਰੱਖਣਾ ਜਦੋਂ ਇੱਥੇ ਗਾਣਾ ਤਾਂ ਯਕਦਮ ਛੱਡ ਦੇਣਾ ਅਤੇ ਥੋੜ੍ਹੀ ਦੇਰ ਬਾਅਦ ਉਹਦੇ ਨਾ ਜ਼ਿਆਦਾ ਥੋੜ੍ਹਾ ਖਿੱਚ ਲੈਂਦੀ ਹੈ ਮਤਲਬ ਟਾਈਮ ਨਾਲ ਛੱਡ ਦੇਣਾ ਖਿੱਚ ਲੱਗੀ ਹੈ ਹੁਣ ਫਿਰ ਤੁਸੀਂ ਮੱਠਾ ਜਾਣਾ ਨਾ ਇੱਕ ਦੇ ਵਿੱਚ ਟਾਈਟ ਕਰਨਾ ਇੱਕ ਦੇ ਵਿੱਚ ਟਾਈਟ ਕਰਨਾ ਆਸਤਾ ਆਸਤਾ ਜਿਹੜਾ ਟਾਈਟ ਹੋ ਜਾਣਾ ਠੀਕ ਹੈ ਇਹ ਟਾਈਟ ਹੋ ਗਿਆ ਹੁਣ ਵਜ਼ਨ ਚੁੱਕ ਲਿਆ ਥੋੜ੍ਹਾ ਜਿਹਾ ਝਟਕਾ ਮਾਰਨਾ ਤਾਂ ਇਹ ਨਹੀਂ ਪਰੇਸ਼ਾਨ ਹੋਣਾ ਕਿਉਂਕਿ ਉਹਦੇ ਕੰਪਿਊਟਰ ਲੱਗਾ ਹੋਵੇ ਅਗਰ ਜ਼ਿਆਦਾ ਤੋਂ ਜ਼ਿਆਦਾ ਵਜ਼ਨ ਵੀ ਚੁੱਕੇ ਨਾ ਤਾਂ ਉਹਨੇ ਰੁਕ ਜਾਣਾ ਇਹ ਨਹੀਂ ਇਨਸ਼ਾਲਾ ਕੁਝ ਹੋ ਸਕਦਾ ਇਹਨਾਂ ਨੇ ਹਰ ਚੀਜ਼ ਤੋਂ ਇੰਜੀਨੀਅਰਿੰਗ ਪਾਸ ਕਰਕੇ ਫਿਰ ਇਹ ਲਾਇਆ ਹੁੰਦਾ ਅਜੇ ਤੱਕ ਇੰਜ ਨਹੀਂ ਹੋਇਆ ਅਲਾ ਮਾਫੀ ਜਗ੍ਹਾ ਕਰੇਨਾ ਟਾਵਰ ਕਰੇਨਾ ਜਿਹੜੀਆਂ ਨਾ ਕਲਟੀਆਂ ਹੋਈਆਂ ਹੁਣ ਇਹ ਜ਼ਿਹਨ 'ਚੋਂ ਡਰ ਕਰਨਾ ਇਹਨੂੰ ਹੁਣ ਫੜ ਕੇ ਨਾ ਤੁਸੀਂ ਥੱਲੇ ਕਰੋ ਨਾ ਆਰਾਮ ਨਾਲ ਕਰੋ ਅਤੇ ਸਪੀਡ ਨਾਲ ਵੀ ਪਹਿਲਾਂ ਆਇਆ ਪਹਿਲਾਂ ਦੂਜਾ ਤੀਸਰਾ ਚੌਥਾ ਪੰਜਵਾਂ ਪੰਜ ਪੰਜ ਵਾਹ ਪੰਜ ਹੀ ਹੁੰਦੇ ਨੇ ਕਿ ਹੁਣ ਚੌਥੇ ਤੇ ਸਹੀ ਆ ਰਹੀ ਜਦੋਂ ਰੋਕਣਾ ਉਹਨੇ ਜੇ ਰੋਕਣਾ ਨਾ ਤਾਂ ਛੇਤੀ ਛੱਡ ਦਿਓ ਫੁੱਲ ਛੱਡ ਦਿਓ ਛੇਤੀ ਹਾਂ ਉਹ ਮਤਲਬ ਉਹ ਆਉਂਦਾ ਬਸ ਸਟਾਪ 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 ਉਹ ਜਿੰਨਾ ਉਹਨੂੰ ਸਟਾਪ ਕਹਿ ਰਿਹਾ ਤਾਂ ਸਮਝੋ ਕਿ ਫਿਰ ਵੀ ਇੰਨਾ ਆਪਣੇ ਕੋਲ ਉਹਨੇ ਥੱਲੇ ਜਾਣਾ ਉਹਨੇ ਅੱਛਾ ਅੱਛਾ ਮੈਂ ਇੱਕਦਮ ਨਹੀਂ ਉਹਨੇ ਰੁਕਣਾ ਉਹਨੇ ਇੱਕਦਮ ਤੇ ਨਹੀਂ ਨਾ ਰੁਕਦੀ ਕੋਈ ਅਗਰ ਇੰਜ ਸਪੀਡ ਦੇ ਨਾਲ ਜਾ ਰਹੀ ਹੈ ਤੇ ਤਾਰ ਢਿੱਲੀ ਹੁੰਦੀ ਹੈ ਨਾ ਬਿਆ ਵੇਖੋ ਤੁਸੀਂ ਇੰਜ ਕਰਦੇ ਹੋ ਬਿਆ ਉਹ ਤਾਰ ਟੁਰ ਪਈ ਠੀਕ ਹੈ ਆ ਰੋਕਦੀ ਤਾਂ ਮੈਂ ਫਿਰ ਵੀ ਉਹ ਥੋੜ੍ਹਾ ਜਿਹਾ ਗਾਂ ਜਾ ਕੇ ਰੁਕੀ ਹੈ ਤੇ ਜਦੋਂ ਸਪੀਡ 'ਤੇ ਜਾਂਦੀ ਹੋਏਗੀ ਫਿਰ ਜ਼ਾਹਰ ਹੋਰ ਥੋੜ੍ਹਾ ਜ਼ਿਆਦਾ ਉਹਨੇ ਜਾਣਾ ਥੱਲੇ ਸਹੀ ਹੈ ਹੁਣ ਤਾਂ ਚੁੱਕੋ ਸੋ ਸਪੀਡ ਨਾਲ ਇੱਥੇ ਇੱਥੇ ਕਰ ਸਕਦੇ ਹਾਂ ਸਪੀਡ ਨਾਲ ਕਰ ਸਕਦੇ ਲੇਕਿਨ ਟਾਇਟ ਹੋਣ ਤੋਂ ਪਹਿਲਾਂ ਇਹਨਾਂ ਨੇ ਛੱਡ ਦੇਣੀ ਹੈ ਨਾ ਅਤੇ ਇਹਨੇ ਫਿਰ ਝਟਕਾ ਮਾਰਨਾ ਬੜੇ ਜ਼ੋਰ ਦੀ ਛੱਡ ਦੇ ਵੇਖਾਂ ਹੁਣ ਕਿੰਨੀ ਉਹਨੇ ਖਿੱਚ ਲਈ ਬਾਅਦ 'ਚ ਅਗਰ ਇਹ ਇੰਨਾ ਫਿਰ ਲੋਡ ਚੁੱਕਿਆ ਜਾਏ ਨਾ ਯਕਦਮ ਫਿਰ ਲੋਡ ਚੁੱਕਿਆ ਜਾਣਾ ਫਿਰ ਫਿਰ ਇੱਕ ਤੇ ਇੱਕ ਤੇ ਜਾਂ ਦੋ ਤੇ ਇੱਕ ਤੇ ਰੱਖੋ ਤੁਸੀਂ ਇੱਕ ਤੇ ਬੜਾ ਆਰਾਮ ਨਾਲ ਚੁੱਕਦੀ ਹੈ ਇੱਕ ਦੇ ਉੱਤੇ ਇਹਨੇ ਸੈਟਿੰਗ ਕਰਨੀ ਆ ਇਹ ਦੂਜੀਆਂ ਕਰੇਨਾਂ ਵਾਸਤੇ ਵੀ ਇਹ ਤੁਹਾਡੀ ਟ੍ਰੇਨਿੰਗ ਹੋਈ ਹੈ ਮਤਲਬ ਤੁਸੀਂ ਟਾਵਰ ਚਲਾਓ
ਟਨ ਦੇ ਹਿਸਾਬ ਨਾਲ ਵਜ਼ਨ ਦੱਸਣ ਡਿਆ ਵੀ ਇਹ ਇੰਨੇ ਟਨ ਚੁੱਕਿਆ ਜਾ ਰਿਹਾ, ਇੰਨੇ ਟਨ ਨਹੀਂ ਚੁੱਕਿਆ ਜਾ ਰਿਹਾ। ਇਹ ਜਿਹੜਾ ਨਾ ਇਸ ਟਾਈਮ ਇੱਕ ਟਨ ਅਤੇ 48.5 ਜਿਹੜਾ ਨਾ ਚੁੱਕ ਲਿਆ, 28 ਤੱਕ ਜਿਹੜਾ ਨਾ 3 ਟਨ ਤੱਕ ਤਾਂ ਸਕੂਨਾ ਚੁੱਕ ਸਕਦੀ ਹੈ। 3 ਟਨ ਮੈਕਸੀਮਮ ਕਿੰਨਾ ਹੈ? ਮੈਕਸੀਮਮ ਇਸ ਟਾਈਮ ਜਿਹੜਾ 3.2 ਚੁੱਕ ਸਕਦੀ ਹੈ। ਚੁੱਕਿਆ ਕਿੰਨਾ ਵੇ ਅਸਾਂ? 1.34 ਇੰਨਾ ਚੁੱਕਿਆ, ਠੀਕ ਹੈ। ਇਸ ਟਾਈਮ 38 ਮੀਟਰ ਜਿਹੜਾ ਨਾ ਸਾਡੀ ਵੇਵ ਹੈ, 38 ਮੀਟਰ ਨਹੀਂ ਹੈ ਜਿਹੜੀ ਉੱਥੋਂ ਸਮਾਨ ਜਿਹੜਾ ਵੇ, ਸਮਾਨ ਜਿਹੜਾ ਨਾ ਸਾਡੀ ਹੁੱਕ ਤੋਂ ਇੰਨਾ ਦੂਰ ਹੈ ਅਤੇ ਉਹ ਲੈ ਦਾ ਮੀਟਰ, ਉਹ ਕੋਈ ਖਿਆਲ ਨਹੀਂ। ਤੁਸੀਂ ਐਂ ਕਰੋ, ਫਿਰ ਡਾਊਨ ਕਰੋ, ਜਿੰਨਾ ਤੁਹਾਨੂੰ ਦੱਸ ਚੜਿਆ ਨਾ ਇੰਨਾ ਨਹੀਂ ਪਤਾ ਨਹੀਂ ਇਹਨਾਂ ਬਸ ਅਤੇ ਬਸ ਪੈਸੇ ਵੇਖਣਾ ਇੱਥੇ ਤਾਂ ਪੈਸੇ ਮੈਂ ਅਗਰ ਸਪੀਡ ਦੇ ਨਾਲ ਇੱਕਦਮ ਮੈਂ ਚੁੱਕਣਾ ਹਲੇ ਲੇਕਿਨ ਧਿਆਨ ਥੱਲੇ ਜ਼ਰੂਰ ਹਾਂ ਥੱਲੇ ਧਿਆਨ ਹੈ ਵੇਖਣਾ ਵੇ ਉਹ ਦਿੰਦਾ ਬਿਸ਼ਾਰਾ ਜਦੋਂ ਫੁੱਲ ਟਾਇਟ ਹੋਣ ਤੋਂ ਪਹਿਲਾਂ ਲਾਜ਼ਮੀ ਛੱਡ ਦੇਣਾ ਠੀਕ ਹੈ ਇੱਥੇ ਆ ਕੇ ਫਿਰ ਕੋਈ ਵੀ ਲੋਡ ਹੈ ਹਾਂਜੀ ਇੱਥੇ ਪਹਿਲੇ ਆਰਾਮ ਨਾਲ ਪਹਿਲੇ ਤੇ ਕਰਕੇ ਜਾਂ ਦੂਸਰੇ ਤੇ ਲਾਜ਼ਮੀ ਆਸਤਾ ਆਸਤਾ ਲੋਡ ਜਦੋਂ ਵੀ ਚੁੱਕਣਾ ਉਹਨੇ ਫਿਰਨਾ ਹੁੰਦਾ ਆਖਰੀ ਜਿਹੜਾ ਨਾ ਉਦੋਂ ਵੀ ਆਸਤਾ ਚੁੱਕਣਾ ਚਾਹੀਦਾ ਜਦੋਂ ਹੁਣ ਇੱਥੇ ਆ ਗਿਆ ਨਾ ਇੱਥੇ ਹੋਰ ਵੀ ਢਿੱਲਾ ਛੱਡ ਕੇ ਨਾ ਆਸਤਾ ਚੁੱਕਣਾ ਚਾਹੀਦਾ ਹੁਣ ਬਰਾਬਰ ਕਰ ਇੱਥੇ ਬਰਾਬਰ ਹੈ ਨਾ ਹੁਣ ਲੋਡ ਇਹਦਾ ਮਤਲਬ ਚੁੱਕਿਆ ਜਾਣਾ ਨਾ ਇੱਥੇ ਇਹਨੂੰ ਇੱਕ 'ਤੇ ਰੱਖਣਾ ਠੀਕ ਹੈ ਵੇਖੋ ਵਾਇਟ ਐਟ ਹੋਣ ਲੱਗੀ ਹੁਣ ਵਾਇਟ ਐਟ ਹੋਣ ਲੱਗ ਪਈ ਠੀਕ ਹੈ ਵੇਖਿਆ ਥੋੜ੍ਹਾ ਥੋੜ੍ਹਾ ਪਤਾ ਲੱਗਦਾ ਵੀ ਲੋਡ ਚੁੱਕਿਆ ਜਾ ਰਿਹਾ ਲੇਕਿਨ ਇਹਨੂੰ ਕੋਈ ਕਰੇਨ ਦੇ ਜ਼ਿਹਨ 'ਚ ਨਹੀਂ ਰੱਖਣਾ ਕਿ ਕਰੇਨ 'ਤੇ ਆ ਅਤੇ ਲੋਡ ਹੀ ਕੁਛ ਨਹੀਂ 10 ਟਨ ਤੱਕ ਵੀ ਚੁੱਕੇ 50 ਤੱਕ ਵੀ ਚੁੱਕੇ ਐਂ ਨਹੀਂ ਥੱਲੇ ਨਹੀਂ ਜਾਂਦੀ ਇਨਸ਼ਾਅੱਲਾ ਐਂ ਹੁਣ ਚੁੱਕ ਲਿਆ ਨਾ ਇਹ ਵੇਖੋ ਫੁੱਲ ਵਾਇਟ ਐਟ ਹੋ ਗਈ ਲੇਕਿਨ ਜਦੋਂ ਲੋਡ ਚੁੱਕਿਆ ਜਾਣਾ ਨਾ ਵੇਖਣਾ ਹੈ ਕਿ ਇਹਨੇ ਉੱਧਰ ਨੂੰ ਜਾਣਾ ਜ਼ਿਆਦਾਤਰ ਲੋਡ ਅਗਰ ਦੌੜਨ ਲੱਗ ਪਏ ਨਾ ਤੈਨੂੰ ਕੋਸ਼ਿਸ਼ ਕਰਨੀ ਫਿਰ ਦੁਬਾਰਾ ਥੱਲੇ ਰੱਖ ਦਿਓ ਇੰਨਾ ਕੁ ਚੁੱਕਣਾ ਤਾਂ ਕਿ ਉਹਦੀ ਵੇਹ ਦਾ ਪਤਾ ਲੱਗੇ ਕਿੱਧਰ ਨੂੰ ਜਾ ਰਹੀ ਫਿਰ ਪਤਾ ਲੱਗ ਗਿਆ ਇੱਧਰ ਨੂੰ ਜਾ ਰਹੀ ਹੈ ਅਤੇ ਫਿਰ ਉਹਨੂੰ ਜਿਹੜਾ ਨਾ ਉਹ ਅੰਦਰ ਨੂੰ ਕਰ ਲੈਣਾ ਹੁਣ ਇਹ ਵਾਲਾ ਫੰਕਸ਼ਨ ਤਾਂ ਹੋ ਗਿਆ ਇੱਕ ਇਹਦੇ ਵਿੱਚ ਇੱਕ ਜਿਹੜਾ ਇਸਤੇਮਾਲ ਹੁਣ ਅੱਛਾ ਦੂਜੀ ਸਾਈਡ 'ਤੇ ਆ ਜਾਓ ਇਹ ਲੀਵਰ ਅਤੇ ਇਹਦੇ ਵਿੱਚ ਸਰਕਾਰ 4 ਨੇ ਠੀਕ ਹੈ ਇਹਨੂੰ ਦਬਾ ਕੇ ਰੱਖਾਂਗੇ ਨਾ ਅੱਗੇ ਨੂੰ ਕਰਾਂਗੇ ਅਤੇ ਇਹ ਟਰਾਲੀ ਇਹਨੂੰ ਆਉਂਦੇ ਨੇ ਟਰਾਲੀ ਉਹ ਜਿਹੜੀ ਤਾਰਾਂ ਆਈਆਂ ਨੇ ਇਹਨੂੰ ਟਰਾਲੀ ਆਉਂਦੇ ਨੇ ਚਾਹੀਏ ਟਰਾਲੀ ਇਹ ਦਬਾਵਾਂਗੇ ਅਤੇ 1, 2, 3 ਉਹ ਗਾਂ ਨੂੰ ਜਾਣ ਡਿਆ ਬਈ ਠੀਕ ਹੈ ਗਾਂ ਨੂੰ ਕਰਾਂਗੇ ਅਤੇ ਗਾਂ ਨੂੰ ਠੀਕ ਹੋ ਗਿਆ ਪਿੱਛੇ ਨੂੰ ਦਬਾ ਕੇ ਅਤੇ ਪਿੱਛੇ ਨੂੰ ਅੱਗੇ ਕਰਨ ਡਿਆ ਅਤੇ ਉਹ ਅਗਾਂ ਨੂੰ ਜਾਣ ਗਾਂ ਨੂੰ ਜਾ ਰਹੇ ਲੇਕਿਨ ਉਹ ਵੇਖਾ ਵੇਟ ਨੇ ਜਿਹੜਾ ਨਾ ਸਹੀ ਨਹੀਂ ਰਹਿਣਾ ਜਦੋਂ ਇਹਨੂੰ ਚੁੱਕਾਂਗੇ ਫਿਰ ਵੇਟ ਨੇ ਦੌੜ ਕੇ ਉਦੋਂ ਟੁਰ ਜਾਣਾ ਬਰਾਬਰ ਸੇਫ 'ਚ ਰੱਖਣਾ ਅਸੀਂ ਤਾਂ ਚੈੱਕ ਕਰਨ ਵਾਸਤੇ ਕਰਨਾ ਨਾ ਬੇ ਇਹਨੂੰ ਥੋੜ੍ਹਾ ਢਿੱਲਾ ਕਰੋ ਨਾ ਤਾਂ ਕਿ ਫਿਰ ਥੋੜ੍ਹੀ ਬਹੁਤ ਚੈੱਕ ਕਰ ਲਈ ਇਹਨੂੰ ਨੀਵਾਂ ਕਰੋ 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 ਇਹ ਬੜਾ ਬੜਾ ਬਸ ਬਸ ਬੜਾ ਟਰਾਲੀ ਜਿਹੜੀ ਅੰਦਰ ਨੂੰ ਲੈ ਗਿਆ ਉਹ ਤੁਸੀਂ ਕਿੰਨੇ ਮੀਟਰ ਲੈ ਗਿਆ ਨਾ ਨਹੀਂ ਤੁਸੀਂ ਹਾਂਜੀ ਅੰਦਰ ਨੂੰ ਲੈ ਗਿਆ ਉਸ ਲੈ ਗਿਆ ਉਹ ਅੰਦਰ ਟਰਾਲੀ ਆ ਰਹੀ ਹੈ ਸਲੋ 'ਚ ਵੀ ਜ਼ਿਆਦਾ ਸਿੱਖਣੀ ਹੈ ਸਪੀਡ 'ਚ ਵੀ ਥੋੜ੍ਹੀ ਜ਼ਿਆਦਾ ਸਿੱਖਣੀ ਹੈ ਆ ਰਹੀ ਰੁਕ 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 ਐਂ ਵੀ ਜਦੋਂ ਰੋਕਣੀ ਹੈ ਨਾ ਇਹਨੇ ਵੀ ਥੋੜ੍ਹਾ ਕੁ ਸੈਕਿੰਡ 2 ਸੈਕਿੰਡ ਬਾਅਦ ਜਿਹੜਾ ਰੁਕਣਾ ਹੁੰਦਾ ਉਹਨੇ ਫਿਰ ਵਾਇਰ ਨੇ ਉਹਨਾਂ ਨੂੰ ਮੈਨੂੰ ਸਿੱਧਾ ਕਰਨਾ ਤਾਂ ਮੈਂ ਇੱਕ ਪਹਿਲੇ ਤੇ ਜਾਂ ਦੂਸਰੇ ਦੇ ਰੱਖ ਸਕਦਾ ਹਾਂ ਬਾਹਰ ਨੂੰ ਕੱਢੀ ਜਾਓ ਬਾਹਰ ਕੱਢੀ ਜਾਓ ਅੰਦਾਜ਼ਾ ਲਾਓ ਕਿ ਹੁੱਕ ਜਿਹੜੀ ਨੇ ਕਿੱਥੇ ਆ ਕੇ ਸੈਂਟਰ ਬਣੇਗਾ ਉੱਥੇ ਉਹਦਾ ਜਿਹੜਾ ਨਾ ਸਮਾਨ ਦਾ ਸੈਂਟਰ ਹੋਣਾ ਤੁਹਾਡਾ ਉਹ ਅਸਲ ਉਹ ਨਹੀਂ ਦੱਸਣਾ ਇਹ ਤਾਂ ਅਸੀਂ ਰੀਗਰ ਹੈ ਨਹੀਂ ਤਾਂ ਵਾਸਤੇ ਅੱਜ ਤੂੰ ਨਹੀਂ ਸਾਨੂੰ ਪਤਾ ਲੱਗਦਾ ਵੀ ਕੀ ਹੋ ਰਿਹਾ ਤੂੰ ਸਮਾਨ ਫੜਨਾ ਫਿਰ ਉਹ ਨਹੀਂ ਦੱਸਣਾ ਸਾਰਾ ਕੁਝ ਹੁਣ ਸੈਂਟਰ ਹੋ ਗਿਆ ਮੇਰੇ ਖਿਆਲ ਸਹੀ ਹੋ ਗਿਆ ਥੋੜ੍ਹਾ ਅੱਗ ਬਾਹਰ ਟੁਰ ਗਈ ਹੈ ਅੰਦਰ ਨੂੰ ਕਰੋ ਅੰਦਰ ਇਹਨੇ ਆਖਣਾ ਟਰਾਲੀ ਇਨ ਇਹ ਟਰਾਲੀ ਇਨ ਹੋ ਰਹੀ ਹੈ ਹੁਣ ਇਹ ਹੋਰ ਥੋੜ੍ਹੀ ਕੁ ਹੋਰ ਕਰੋ ਥੋੜ੍ਹੀ ਕੁ ਅੰਦਰ ਇਨ ਕਰੋ ਅਤੇ ਸੈਟ ਬਾਕੀ ਹੋਏ ਕਿ ਇੱਥੇ ਕਿ ਮੇਰਾ ਸੈਂਟਰ ਇੱਕ ਹੁਣ ਜਿਹੜਾ ਨਾ ਦਬਾ ਕੇ ਇੱਧਰ ਨੂੰ ਕਰਨਾ ਤੇ ਇਹਦੇ ਵਿੱਚ ਆਉਣਾ ਵੇ ਫੰਕਸ਼ਨ ਸਵਿੰਗ ਦਾ ਆ ਰਹੀ ਫੰਕਸ਼ਨ ਸਵਿੰਗ ਦਾ ਇਸ ਤੋਂ ਇਲਾਵਾ ਕੋਈ ਚੀਜ਼ ਨਹੀਂ ਸਵਿੰਗ ਮਤਲਬ ਫੇਰ ਇਸਤੇਮਾਲ ਹੁੰਦਾ ਕਿਉਂਕਿ 3 ਦੇ ਵਿੱਚ ਵੀ ਬਹੁਤ ਸਪੀਡ ਫੜ ਲੈਂਦੀ ਹਾਂਜੀ ਇਹ ਲਾਜ਼ਮ ਜ਼ਰੂਰੀ ਤੇ ਨਾਲੇ ਫਿਰ ਉਹ ਖਤਰਾ ਹੁੰਦਾ ਨਾ ਥੱਲੇ ਸਮਾਨ ਚੁੱਕਿਆ ਆਵੇ ਇਹ ਜ਼ਿਆਦਾਤਰ ਜਿਹੜਾ ਨਾ
ਇੱਕ ਜ਼ਿਆਦਾਤਰ ਇੱਕ ਦੋ ਬਸ ਫਿਰ ਵਾਪਸ ਲੈ ਆਓ ਅਗਰ ਦੋ ਜਿੱਦਾਂ ਆਉਂਦੀ ਹੈ ਫਿਰ ਵਾਪਸ ਲੈ ਆਓ ਉਹਨੇ ਰੁਕ ਜਾਣਾ ਫਿਰ ਤੁਸੀਂ ਉਹਨੂੰ ਝਟਕਾ ਮਾਰ ਲਓ ਮੱਠਾ ਜਿਹਾ ਝਟਕਾ ਮਾਰ ਲਓ ਇੱਧਰ ਨੂੰ ਮਾਰ ਲਓ ਇਹਦਾ ਇੰਨਾ ਕੁ ਇਸਤੇਮਾਲ ਹੁੰਦਾ ਹੁਣ ਮੈਂ ਲਾਗ ਲਾਇਆ ਇਹ ਇਹਦਾ ਲਾਗ ਠੀਕ ਹੈ ਆਹੋ ਇਹ ਲਾਗ ਲੱਗੀ ਸਵਿੰਗ ਅਗਰ ਇਹਦੇ 'ਚ ਭਲਾ ਕਿ ਇਸ ਕਰੇਨ ਦੇ ਵਿੱਚ ਉਹਨਾਂ ਨੇ ਰੱਖਿਆ ਹੋਵੇ ਕਿ ਅਗਰ ਤੁਸੀਂ ਪਿੱਛੋਂ ਬਿਜਲੀ ਬੰਦ ਕਰਦੇ ਹੋ ਨਾ ਇਹ ਲਾਗ ਇਹਦਾ ਖਤਮ ਹੋ ਜਾਂਦਾ ਇਸ ਵਾਸਤੇ ਸਾਨੂੰ ਬੰਨ੍ਹਣੀ ਪੈਂਦੀ ਹੈ ਦੂਜੀਆਂ ਕਰੇਨਾਂ 'ਚ ਲਾਗ ਇੰਝ ਹੀ ਲੱਗ ਜਾਂਦਾ ਠੀਕ ਹੈ ਲਾਗ ਕਿਹੜਾ ਹੁੰਦਾ ਹੈ ਲਾਗ ਇਹਦਾ ਸਵਿੰਗ ਲਾਗ ਸਵਿੰਗ ਲਾਗ ਕੀਤਾ ਹੋਇਆ ਜਦੋਂ ਆਹ ਸਵਿੰਗ ਨੂੰ ਓਪਨ ਕਰਨਾ ਨਾ ਤੇ ਇਹ ਹਵਾ ਦੇ ਨਾਲ ਤੇ ਜੇ ਥੋੜੀ ਜ਼ਿਆਦਾ ਹਵਾ ਆਏਗੀ ਖੁਦ ਵੀ ਜਾ ਸਕਦੀ ਉਧਰ ਵੇਖੋ ਨਾ ਹੁਣ ਤੁਸੀਂ ਇਹਨੂੰ ਡੱਕ ਸਕਦੇ ਹੋ ਇੱਧਰ ਨੂੰ ਇੱਧਰ ਨੂੰ ਇੱਕ ਕੀਤਾ ਡੱਕ ਕੀਤੀ ਇਹ ਵੇਖੋ ਫੋਨ ਆ ਰਿਹਾ ਸੁਣ ਲਓ ਮੈਂ ਖਾਣਾ ਹਾਂਜੀ ਬਾਸ ਭਾਈ ਅੱਛਾ ਭਾਈ ਹੈ ਕਰਨੀ ਹੈ ਵਾਇਰ ਤੇ ਤੀਸਰੇ ਗੇੜ 'ਚ ਕਰਨੀ ਕਿਸ ਤਰ੍ਹਾਂ ਹੋਣੀ ਹੈ ਬਸ ਬਸ ਅੱਛਾ ਹੁਣ ਜਿਹੜਾ ਨਾ ਸਵਿੰਗ ਕਰਨੀ ਹੈ ਇੱਧਰ ਨੂੰ ਸੱਜੇ ਪਾਸੇ ਨੂੰ ਰਾਈਟ ਸਾਈਡ 'ਤੇ ਰਾਈਟ ਸਾਈਡ ਤੇ ਕਿਹੜੇ ਕਿਧਰੋਂ ਆਏਗੀ ਸਵਿੰਗ ਕਰਨੀ ਲਾਕ ਉਹ ਇੱਧਰ ਖੁੱਲਦਾ ਨਾ ਆਹੋ ਇਹ ਦੋ ਹੀ ਨੇ ਬਸ ਬਟਨ ਉਹਦੇ 'ਚ ਜੇ ਤੁਹਾਨੂੰ ਆਹ ਹੁਣ ਲਾਕ ਖੁੱਲ ਗਿਆ ਝਟਕਾ ਹੀ ਮਾਰਨਾ ਬਸ ਜ਼ਬਰਦਸਤ ਬਸ ਰੋਕ ਦਿਉ ਰੋਕ ਦਿਉ ਇੰਨੀ ਕੁ ਉਹਦੇ 'ਚ ਲਚਕ ਹੁੰਦੀ ਹੈ ਇੰਨੀ ਕੁ ਲਚਕ ਵੱਡੀ ਹੈ ਨਾ ਮਸ਼ੀਨ ਇਸ ਵਾਸਤੇ ਇੰਨੀ ਕੁ ਲਚਕ ਹੁੰਦੀ ਉਹ ਫਿਰ ਵੀ ਇੱਧਰ ਆਏਗੀ ਨਾ ਤਾਂ ਜ਼ਿਆਦਾ ਨਹੀਂ ਜਾਏਗੀ ਰੁਕੇਗੀ ਅਤੇ ਇਹ ਹੋ ਗਿਆ ਅੱਛਾ ਹੁਣ ਸਵਿੰਗ ਜਿਹੜਾ ਨਾ ਇਹ ਟਰਾਲੀ ਜਿਹੜੀ ਨਾ ਅੰਦਰ ਕਰੋ ਟਰਾਲੀ ਅੰਦਰ ਕਰੋ ਟਰਾਲੀ ਟਰਾਲੀ ਇਹ ਟਰਾਲੀ ਆ ਰਹੀ ਹੈ ਇਹਨੂੰ ਤੁਸੀਂ ਫੁੱਲ ਵੀ ਸਪੀਡ 'ਤੇ ਵੀ ਕਰ ਸਕਦੇ ਹੋ ਕਿਉਂਕਿ ਇੱਥੇ ਫਲ ਵੱਜੀ ਹੈ ਨਾ ਇਸ ਵਾਸਤੇ ਫੁੱਲ ਸਪੀਡ ਨਾਲ ਨਹੀਂ ਕਰ ਸਕਦੇ ਚਲੋ ਚੌਥੇ 'ਚ ਹੁਣ ਵੇਖੋ ਹਵਾ ਨਾ ਜਾ ਰਹੀ ਉਧਰ ਨੂੰ ਇਹ ਲਾਕ ਕਰ ਛੋੜੋ ਸਵਿੰਗ ਤਾਂ ਹਾਂ ਲਾਕ ਹੋ ਗਈ ਹੁਣ ਨਹੀਂ ਉੱਧਰ ਜਾਏਗੀ ਨਾ ਉੱਧਰ ਜਾਏਗੀ ਇੱਧਰ ਵੀ ਆਏਗੀ ਲੇਕਿਨ ਥੋੜ੍ਹੀ ਜਿਹੀ ਇੱਧਰ ਆ ਕੇ ਫਿਰ ਉੱਥੇ ਲਾਕ ਹੋ ਜਾਏਗੀ ਹੁਣ ਟਰਾਲੀ ਜਿਹੜੀ ਨਾ ਆਊਟ ਕਰੋ ਟਰਾਲੀ ਆਊਟ ਕਰੋ ਸਹੀ ਜ਼ਬਰਦਸਤ ਬਸ 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 ਉਹ ਵੇਖਿਆ ਥੱਲੇ ਵਾਇਰਾਂ ਦੀ ਸੇਨ ਰੱਖ ਲਈਦਾ ਕਿੱਥੇ ਲੋਡ ਦਾ ਸੈਂਟਰ ਹੋਣਾ ਚਾਹੀਦਾ ਅੱਛਾ ਅਤੇ ਹੁਣ ਥੋੜ੍ਹਾ ਜਿਹਾ ਸਵਿੰਗ ਲਾਕ ਓਪਨ ਕਰਕੇ ਨਾ ਇਹਨੂੰ ਸੈਂਟਰ 'ਚ ਲਿਆਓ ਸੈਂਟਰ ਨਹੀਂ ਇਹਦਾ ਹੈ ਇੱਕ ਇੱਕ ਝਟਕਾ ਮਾਰ ਕੇ ਇਹ ਹਵਾ ਜ਼ਿਆਦਾ ਆ ਰਹੀ ਨਾ ਉੱਧਰ ਨੂੰ ਜਾ ਰਹੀ ਇੱਕ ਤੇ ਹਾਂਜੀ ਪਹਿਲੇ ਗੇਅਰ 'ਚ ਜਾਂ ਦੂਜੇ 'ਚ ਰੱਖਣਾ ਕਰੋ ਕਰੋ ਮੈਨੂੰ ਪਤਾ ਲੱਗ ਗਿਆ ਮੈਂ ਆਪ ਹੀ ਕਰਾਂਗਾ ਹਾਂਜੀ ਹਾਂਜੀ ਬਸ 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 ਰੁਕ ਜਾਏਗੀ ਥੋੜ੍ਹੀ ਦੇਰ ਬਾਅਦ ਹੁਣ ਲਾਗ ਲਾ ਹੜੋ ਸਵਿੰਗ ਸਵਿੰਗ ਲਾਗ ਲਾ ਹਾਂਜੀ ਜ਼ਬਰਦਸਤ ਠੀਕ ਹੈ ਸੁਜਾਤ ਭਾਈ ਤੁਹਾਨੂੰ ਬਹੁਤ ਮਾਸ਼ਾਅੱਲਾ ਜਲਦੀ ਸਮਝ ਲੱਗ ਗਈ ਹੈ ਸਾਨੂੰ ਸਮਝਾਉਣਾ ਘੱਟ ਪਿਆ ਸਾਡਾ ਇੱਕ ਸ਼ਗਿਰਦ ਵੱਧ ਗਿਆ ਮਾਸ਼ਾਅੱਲਾ ਮੈਂ ਵੇਖਿਆ ਜੀ ਉਹਨਾਂ ਫੁੱਲ ਸਪੀਡ ਦੇ ਵਿੱਚ ਗਿਆ ਮੈਂ ਇੰਨੇ ਕੁ ਤਾਂ ਮੈਂ ਕਰ ਲਿਆ ਹਾਂ ਜੇ ਨਾ ਕਰ ਲੈ ਬਾਕੀ ਫਿਰ ਜਿਹੜਾ ਦੂਸਰੇ ਤੇ ਮੈਂ ਇਹਨੂੰ ਸੈੱਟ ਕਰਨਾ ਜ਼ਬਰਦਸਤ ਇਹ ਐਵੇਂ ਦੂਸਰੇ ਹੈਲੋ ਜੀ ਮਾਸ਼ਾਅੱਲਾ ਹਾਂ ਜੇ ਵੀ ਅਗਰ ਕੋਈ ਉਹ ਕਹੇਗਾ ਤਾਂ ਮੈਂ ਪਹਿਲੇ ਤਾਂ ਆਰਾਮ ਨਾਲ ਇਹਨੂੰ ਟੈਗ ਕਰਾਂ ਆਰਾਮ ਨਾਲ ਇਹ ਹੁੰਦਾ ਜੇ ਪੜ੍ਹਾਈ ਇਹ ਫਾਇਦਾ ਹੁੰਦਾ ਜੀ ਜਿਹੜੀ ਪੜ੍ਹਾਈ ਕੀਤੀ ਹੈ ਮਾਸ਼ਾਅੱਲਾ ਤੁਸੀਂ ਇਹਦਾ ਇਹ ਫਾਇਦਾ ਹੁੰਦਾ ਕਿ ਸਿਰ ਘੱਟ ਖਾਣਾ ਪੈਂਦਾ ਸਹੀ ਹੈ ਨਾ ਅੱਛਾ ਮੈਨੂੰ ਇਹ ਵੈਸੇ ਮੈਨੂੰ ਲੱਗਦਾ ਪਿਆ ਦਾ ਕਿ ਮੈਂ ਕਰ ਸਕਦਾ ਕੰਮ ਕਰ ਸਕਦੀ ਤਾਂ ਮੈਂ ਤੁਹਾਨੂੰ ਉੱਥੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਬੰਦਾ ਜਾ ਰਿਹਾ ਨਾ ਕਿਤੇ ਉਹਨੂੰ ਆਉਂਦਾ ਕਿ ਭਾਅ ਜੀ ਰਾਹ ਕਿੱਧਰ ਨੂੰ ਜਾਂਦਾ ਤੇ ਮੈਂ ਤੁਹਾਨੂੰ ਆਖਾਂਗਾ ਨਾ ਰਾਹ ਇੱਧਰ ਨੂੰ ਜਾਂਦਾ ਜੇ ਜਾਣਾ ਇੱਧਰ ਨੂੰ ਹੋਏਗਾ ਤਾਂ ਤੁਸੀਂ ਤੁਰ ਪੈਣਾ ਸਹੀ ਹੈ ਉੱਥੇ ਮੈਂ ਇਕੱਲਾ ਹੀ ਹੋਵਾਂਗਾ ਗੱਲ ਇਹ ਵੇ ਕਿ ਜਦੋਂ ਰਾਹ 'ਚ ਪਤਾ ਲੱਗ ਜਾਣਾ ਤਾਂ ਫਿਰ ਦੱਸ ਮਕਾਨ 'ਤੇ ਪਹੁੰਚ ਜਾਣਾ ਤੁਹਾਨੂੰ ਜਦੋਂ ਹੌਸਲਾ ਦੇ ਰਿਹਾ ਸਬਰ ਇਹ ਕੋਈ ਵੀ ਮਸ਼ੀਨ ਜਿਹੜੀ ਜ਼ਿਆਦਾ ਨਹੀਂ ਹੁੰਦੀ ਅੱਛਾ ਕਾ ਹੁੰਦਾ ਔਰ ਸਭ ਤੋਂ ਵੱਡੀ ਗੱਲ ਇੱਕ ਦੂਜੇ ਨੂੰ ਦਾਵਾ ਦੇਣੀ ਹੁੰਦੀ ਦਾਵਾ ਤੋਂ ਬਾਅਦ ਫਿਰ ਉਹ ਅੱਗੋਂ ਆਸਾਨੀਆਂ ਨੇ ਸਾਰੀ ਮਾਸ਼ਾਅੱਲਾ ਜੀ ਇਹ ਗੱਲ ਜਦੋਂ ਦੋ ਦਿਨਾਂ 'ਚ ਤੁਸੀਂ ਸਮਝਦੇ ਹੋ ਬਹੁਤ ਲੰਮਾ ਚੌੜਾ ਕੰਮ ਥੋੜ੍ਹਾ ਜਿਹਾ ਕੰਮ ਦਾ ਹੁੰਦਾ ਕਿ ਕੰਮ ਦਾ ਥੋੜ੍ਹਾ ਖੂਨ ਆਸ ਆਸ ਉਹਦਾ ਜ਼ਹਿਨ ਕਿਤੇ ਇੱਕ ਦਿਨ ਲੱਭ ਜੇ ਨਾ ਜਾਂ ਇੱਕ ਰਾਤ ਲੱਭ ਜੇ ਸਮਾਨ ਦੋ ਦਿਨ ਦਾ ਸਮਾਨ ਲੱਭ ਜਾਣਾ ਚੁੱਪ ਮੈਂ ਨਾ ਬੰਦਾ ਕੰਮ ਕਰ ਬੰਦੇ ਦੇ ਜ਼ਹਿਨ 'ਚ ਹੈ ਕਿ ਜਿੱਥੇ ਕੋਈ ਟਰਾਈ ਦੇਣ ਜਾਣਾ ਹੁੰਦਾ ਨਾ ਉਹ ਰੇਟ ਜਦੋਂ ਬੰਦੇ ਨੂੰ 100-150 ਰਿਆਲ ਲੱਭੇ ਤੇ ਉਹ ਤਾਂ ਉਂਝ ਜ਼ਬਰਦਸਤ ਹੋ ਜਾਂਦਾ ਇਹਦਾ ਰੇਟ ਬੜਾਵੇ ਇੱਥੇ ਘੱਟ ਹੈ ਬਸ ਕਿੰਨਾ 20-25 ਲੱਭ ਜਾਂਦਾ ਮੈਂ ਨਾ ਵਿਆਹ ਤੋਂ ਪਹਿਲਾਂ ਚਾਬੀ ਚੁੱਬੀ ਲੱਗਦੀ ਹੈ
ਨਹੀਂ ਚਾਬੀ ਚੁਬੀ ਕੋਈ ਨਹੀਂ ਫਰਜ਼ ਕਰੋ ਚਾਬੀ ਕਿਸੇ ਦੀ ਲੱਗ ਉਹ ਚਾਬੀ ਉਹ ਜਨਰੇਟਰ ਹੈ ਨਹੀਂ ਆਪਣੇ ਦਾ ਇਹਦੇ ਇਹਦੇ ਤੇ ਚਾਬੀ ਨਹੀਂ ਹੁੰਦੀ ਉਹ ਜਨਰੇਟਰ ਦੀ ਚਾਬੀ ਹੈ ਉਹਦੇ 'ਚ ਪਾਵਰ ਆ ਰਹੀ ਹੈ ਉਹ ਜਨਰੇਟਰ ਨਹੀਂ ਪਿਆ ਉਹਦੇ 'ਚ ਪਾਵਰ ਆ ਰਹੀ ਹੈ ਬਿਜਲੀ 'ਤੇ ਚੱਲਣ ਵਾਲੀ ਮਸ਼ੀਨ ਇਹਦੇ 'ਚ ਮਤਲਬ ਇਹਦੇ ਵਿੱਚ ਨਹੀਂ ਪੈਂਦਾ ਪੈਟਰੋਲ ਵਗੈਰਾ ਉਹਦੇ 'ਚ ਡੀਜ਼ਲ ਪੈਂਦਾ ਜਨਰੇਟਰ 'ਚ ਠੀਕ ਹੈ ਪਹਿਲਾਂ ਸਭ ਤੋਂ ਆਉਣਾ ਇਹ ਬਟਨ ਜਿਹੜਾ ਥੱਲੇ ਵੇ ਕੇ ਉੱਤੇ ਵੇ ਐਵੇਂ ਥੱਲੇ ਵੇ ਤੇ ਬੰਦ ਹੈ ਇਹ ਬੰਦ ਹੈ ਠੀਕ ਹੈ ਇਹ ਮੈਂ ਕਿਤੇ ਚਲਾ ਦਿੱਤਾ ਵਾਧੂ ਮੈਂ ਇਹਨੂੰ ਇੰਜ ਕਰਕੇ ਦਬਾਇਆ ਇਹ ਗਈ ਜੇ ਚਾਲੂ ਠੀਕ ਹੈ ਇਹ ਮੈਂ ਜਦੋਂ ਹੁਣ ਇਹਨੂੰ ਉੱਪਰ ਨੀਚੇ ਕਰਨ ਵਾਸਤੇ ਇਹ ਮੇਰਾ ਲੀਵਰ ਜਿਹਨੇ ਪੰਜ ਅੱਗੇ ਅਤੇ ਪੰਜ ਪਿੱਛੇ ਠੀਕ ਹੈ ਇਹ ਉੱਪਰ ਕਰਾਂਗਾ ਅਤੇ ਠੀਕ ਹੈ ਇਹਦੇ ਨਾਲ ਮੈਂ ਅੱਗੇ ਨੀਚੇ ਕਰਨਾ ਜਿੰਨੀ ਲੂਜ਼ ਕਰਨੀ ਠੀਕ ਹੈ ਇਹ ਇਹਦੇ ਨਾਲ ਹੋ ਗਿਆ ਫਿਰ ਮੈਨੂੰ ਪਤਾ ਲੱਗ ਗਿਆ ਕਿ ਟਰਾਲੀ ਜਿਹੜੀ ਨਾ ਉਹ ਲੈਵਲ 'ਤੇ ਨਹੀਂ ਹੈ ਉਹ ਮੈਨੂੰ ਦੱਸੇਗਾ ਥੋੜ੍ਹਾ ਜਿਹਾ ਬੈਕ 'ਤੇ ਕਰੋ ਠੀਕ ਹੈ ਫਿਰ ਮੈਂ ਬਟਨ ਫਿਰ ਦਬਾਉਣਾ ਮੈਂ ਟਰਾਲੀ ਪਿੱਛੇ ਕਰ ਲਵਾਂਗਾ ਇੱਕ ਅਤੇ ਦੋ ਅਤੇ ਜਿਸ ਹਿਸਾਬ ਨਾਲ ਮੈਨੂੰ ਕਹੇਗਾ ਥੋੜ੍ਹਾ ਜਿਹਾ ਪਿੱਛੇ ਕਰੋ ਮੈਂ ਇੱਕ ਅਤੇ ਕਰਕੇ ਥੋੜ੍ਹਾ ਪਿੱਛੇ ਕਰਨਾ ਚਾਹੁੰਦਾ ਠੀਕ ਹੈ ਫਿਰ ਉਹ ਟਰਾਲੀ ਜੋ ਮੈਂ ਬਰਾਬਰ ਕਰ ਲਈ ਉਹ ਮੈਨੂੰ ਕਹੇਗਾ ਸਮਾਨ ਚੁੱਕੋ ਠੀਕ ਹੈ ਜਦੋਂ ਮੈਂ ਸਮਾਨ ਚੁੱਕਣਾ ਇੱਥੋਂ ਮੈਂ ਰੱਖ ਕੇ ਪਹਿਲਾਂ ਆਪਣੀ ਉਹਨੂੰ ਪੂਰਾ ਅਟੈਚ ਕਰਨਾ ਜਿਵੇਂ ਹੁਣ ਵੇਖਣਾ ਪਹਿਲੇ ਤਰ੍ਹਾਂ ਹਾਂਜੀ ਹਾਂਜੀ ਠੀਕ ਹੈ ਮੈਂ ਬਿਲਕੁਲ ਤਿਆਰ ਕਰਨੀ ਹੈ ਕਿਉਂਕਿ ਰਿਕਸ ਹੀ ਤੁਸੀਂ ਜ਼ਿਆਦਾ ਬੈਠੇ ਹੋ ਇਸ ਵਾਸਤੇ ਆਰਾਮ ਨਾਲ ਇੱਧਰੋਂ ਫਿਰ ਝੱਤ ਮਾਰਨੀ ਉਹ ਕਰੇਨ ਵੀ ਟੱਚ ਹੁੰਦੀਆਂ ਨੇ ਉਹ ਵੀ ਹੁੰਦੀਆਂ ਨੇ ਕਈ ਵਾਰੀ ਉਹ ਕੰਮ ਕਰਨ ਆਉਂਦੀਆਂ ਨੇ ਸਾਡੀ ਵਾਰੀ ਆਉਂਦੀ ਹੈ ਠੀਕ ਹੈ ਜਿਸ ਟਾਈਮ ਸਾਨੂੰ ਰੀਗਰ ਕਹੇਗਾ ਠੀਕ ਹੈ ਹੁਣ ਮੈਂ ਸਮਾਨ ਉਤਾਰਨ ਲੱਗਾ ਮੈਂ ਇੱਥੇ ਫਿਰ ਮੈਂ ਇਹ ਲਾਗ ਲਾ ਦੇਣਾ ਜਦੋਂ ਉਹਨੇ ਕਹਿਣਾ ਮੈਨੂੰ ਕਿ ਮੈਂ ਇਹ ਲਾਗ ਲੱਗਣਾ ਹਿੱਲੇਗੀ ਨਹੀਂ ਫਿਰ ਉਹ ਸਮਾਨ ਲਾਏ ਸਮਾਨ ਲਾਏ ਠੀਕ ਹੈ ਮੈਂ ਫਿਰ ਵੀ ਆਉਂਦਾ ਪਿਆ ਕਿ ਸਵਿੰਗ ਥੋੜ੍ਹੀ ਹੋਰ ਕਰੋ ਫਿਰ ਲਾਗ ਖੋਲ ਕੇ ਫਿਰ ਥੋੜ੍ਹਾ ਜਿਹਾ ਇੱਧਰ ਕਰ ਲਾਗ ਖੋਲਿਆ ਥੋੜ੍ਹਾ ਜਿਹਾ ਜਿੱਧਰ ਉਹ ਕਹੇਗਾ ਲੈਫਟ ਰਾਈਟ ਜੋ ਵੀ ਕਹੇਗਾ ਉਹ ਕਰਕੇ ਛੱਡ ਦੇਣਾ ਮੈਂ ਉਹ ਜੋ ਕਹੇਗਾ ਓਕੇ ਮੈਂ ਬਟਨ ਟੱਕ ਕਰਨਾ ਆਪ ਹੀ ਸੈਂਟਰ 'ਚ ਆ ਜਾਈਏ ਮੇਰੇ ਖਿਆਲ ਨਾਲ ਹੁਣ ਸਜਾਦ ਭਾਈ ਇੱਕ ਕੋਈ ਸੌ ਸਕਿੰਟ ਹੋਣਾ ਤੁਹਾਡੇ ਕੋਲ ਤਿਆਰ ਕਰ ਸਕਦੇ ਮਾਸ਼ਾ ਅੱਲਾਹ ਤੁਹਾਡਾ ਸਤਿ ਸ਼੍ਰੀ ਅਕਾਲ ਅੱਛਾ ਫਿਰ ਜਦੋਂ ਉਹਨੇ ਮੈਨੂੰ ਕਹਿਣਾ ਕਿ ਠੀਕ ਹੈ ਹੁਣ ਤੁਸੀਂ ਥੱਲੇ ਕਰੋ ਫਿਰ ਇਹਨਾਂ ਦਾ ਕੰਮ ਮੁੱਕ ਗਿਆ ਮੈਂ ਲਾਗ ਕਰ ਫਿਰ ਇਹਦਾ ਕੰਮ ਆ ਗਿਆ ਐ ਮੈਂ ਬਟਨ ਦਬਾਉਣਾ ਅਤੇ ਆਸਤੇ ਆਸਤੇ ਮੈਂ ਥੱਲੇ ਕਰ ਰਿਹਾ ਉਹ ਮੈਨੂੰ ਕਹੇਗਾ ਜਿੱਥੇ ਬਾਈ ਥੋੜ੍ਹਾ ਇੱਧਰ ਉੱਧਰ ਕਰ ਕਿਉਂਕਿ ਥੱਲੇ ਰੱਖਣਿਆ ਵੀ ਇੱਧਰ ਉੱਧਰ ਕਰਨਾ ਪੈਂਦਾ ਉਹ ਮੈਨੂੰ ਕਹੇਗਾ ਫਿਰ ਮੈਂ ਇਹਦੇ ਨਾਲ ਕਰ ਸਕਦਾ ਲੇਕਿਨ ਉਸ ਟਾਈਮ ਨਹੀਂ ਫਿਰ ਮੈਂ ਇਹਦੇ ਨਾਲ ਕਰਕੇ ਇੱਧਰ ਉੱਧਰ ਕਰਕੇ ਜਿੱਥੇ ਉਹ ਕਹੇਗਾ ਮੈਂ ਉੱਥੇ ਲਾ ਦੇਣਾ ਉਹ ਕਹੇਗਾ ਸਟਾਫ ਦੇ ਮੈਂ ਸੈਂਟਰ ਛੱਡ ਦਾਂਗਾ ਸੈਂਟਰ 'ਚ ਆਈ ਠੀਕ ਹੋ ਗਿਆ ਜ਼ਬਰਦਸਤ ਹੋ ਗਿਆ ਫਿਰ ਉਦੋਂ ਬਾਅਦ ਮੈਂ ਤੁਹਾਨੂੰ ਮੌਕਾ ਵੀ ਦਾਂਗਾ ਫਿਰ ਬੰਦਾ ਵੇਖਾਂਗਾ ਨਾ ਇਸ ਟਾਈਮ ਇੱਕ ਮਹੀਨਾ ਫਿਰ ਤੁਹਾਨੂੰ ਥੋੜ੍ਹਾ ਸਮਾਨ ਪਿਆ ਹੋਏਗਾ ਉਹਨੂੰ ਚੁੱਕ ਕੇ ਅੱਗੇ ਪਿੱਛੇ ਕਰਨਾ ਪਏਗਾ ਤੇ ਕਰ ਲਾਂਗੇ ਉਹ ਇਨਸ਼ਾਅੱਲਾ ਲੇਕਿਨ ਉਹਦੇ ਵਿੱਚ ਸਾਰਾ ਕੁਝ ਦੱਸੀ ਨਾ ਤੇ ਉਹ ਫਿਰ ਡਬਲ ਮਾਈਂਡ ਹੋ ਜਾਂਦਾ ਬੰਦਾ ਉਹ ਅੰਦਰ ਹੀ ਖਿਚੜੀ ਬਣ ਜਾਂਦੀ ਹਾਂ ਖਿਚੜੀ ਬਣ ਜਾਂਦੀ ਹੁਣ ਤੁਸੀਂ ਇੱਕ ਦਫਾ ਫੇਰ ਆਪਣੇ ਜ਼ਿਹਨ 'ਚ ਮਾਰ ਲਵੋ ਮੈਂ ਬਸ ਮੂਵੀ ਦਾ ਇੱਕ ਛਾੜ ਮਾਰਨਾ ਬਾਹਰੋਂ ਤੁਸੀਂ ਆਪਣੇ ਜ਼ਿਹਨ ਨਾਲ ਸੋਚ ਲਓ ਇੱਕ ਵਾਰੀ ਬਿਠਾ ਲਓ ਜ਼ਿਹਨ 'ਚ ਓਕੇ ਅੱਲਾ ਹਾਫਿਜ਼ ਬਾਏ ਬਾਏ।
ਇਹਨਾਂ ਚੀਜ਼ ਕੁਝ ਨਹੀਂ ਕਮ ਬੇਸ਼ੱਕ ਬੇਸ਼ੱਕ ਜੀ ਅੱਲਾਹ ਤਾਲਾ ਸਭ ਨੂੰ ਇੱਕ ਦੂਜੇ ਨੂੰ ਹੁਨਰ ਸਿਖਾਉਣ ਦੀ ਇੱਕ ਗੱਲ ਜ਼ਿੰਦਗੀ ਦੇ ਵਿੱਚ ਬੰਦਾ ਕਦੀ ਕੋਈ ਮੁਸਲਮਾਨ ਹੈ ਜਾਂ ਮੁਸਲਿਮ ਹੋ ਕੇ ਮੁਸਲਿਮ ਬੇਸ਼ੱਕ ਅਗਰ ਅਸੀਂ ਕਿਸੇ ਮੁਸਲਮਾਨ ਹੋ ਕੇ ਸੋਚ ਰਹੇ ਹਾਂ ਤਾਂ ਇੱਕ ਬੰਦੇ ਦਾ ਤੁਸੀਂ ਅਗਰ ਰਿਜ਼ਕ ਦਾ ਤੁਸੀਂ ਉਹ ਬਣਦੇ ਹੋ ਨਾ ਥੋੜ੍ਹਾ ਜਿਹਾ ਜ਼ਰੀਆ ਬਣ ਦਿੰਦੇ ਹੋ ਉਹ ਪਿੱਛੇ ਵੇਖੋ ਕਿ ਉਹਦੀ ਫੈਮਿਲੀ ਕਿੰਨੀ ਖਾਣ ਵਾਲੀ ਅਲਹਮਦੁਲਿਲਾ ਦੇ ਫਰਦ ਦਾ ਉਹ ਲੁਕਮਾ ਜਿਹੜਾ ਮੂੰਹ 'ਚ ਜਾ ਰਿਹਾ ਨਾ ਉਹ ਅੱਲਾਹ ਤਾਲਾ ਨੇ ਤੁਹਾਨੂੰ ਉਹਦਾ ਜ਼ਰੀਆ ਬਣਾਇਆ ਕਦੀ ਇਨਸਾਨ ਹੈ ਸੋਚਦਾ ਯਾਰ ਮੈਂ ਖੁਦ ਸੋਚੋ ਕਿ ਜਿਸ ਬੰਦੇ ਨੇ ਅਗਰ ਮੈਨੂੰ ਕੋਈ ਚੰਦ ਚੀਜ਼ਾਂ ਦੱਸੀਆਂ ਹੋਈਆਂ ਨੇ ਮੈਂ ਉਹਦੇ ਮਤਲਬ ਜਿਹੜੀ ਮੈਨੂੰ ਉਹਨੇ ਸਭ ਇੱਕ ਬੰਦੇ ਹੀ ਕਰਾਚੀ ਦਾ ਉਹਨੇ ਮੈਨੂੰ ਦੱਸਿਆ ਸੀ ਕਿ ਲੋੜ ਨੂੰ ਕਿਸ ਤਰ੍ਹਾਂ ਜਿਹੜਾ ਨਾ ਖਿਲਾਰਨਾ ਲੋੜ ਹਿੱਲ ਜੇ ਉਹਨੂੰ ਕਿਸ ਤਰ੍ਹਾਂ ਖਿਲਾਰਨਾ ਅੱਜ ਵੀ ਮੇਰੇ ਦਿਨ 'ਚ ਜਦੋਂ ਵੀ ਕੋਈ ਗੱਲ ਹੈ ਲੋੜ ਹਿੱਲਦਾ ਤਾਂ ਮੇਰੇ ਦਿਨ 'ਚ ਉਹ ਆ ਜਾਂਦਾ ਬੰਦਾ ਕਿ ਉਹਨੇ ਮੈਨੂੰ ਇਹ ਦੱਸੀ ਗੱਲ ਬਾਕੀ ਮੈਂ ਆਪ ਹੀ ਸਿੱਖੀਆਂ ਕੁਝ ਚੀਜ਼ਾਂ ਕੁਝ ਠੀਕ ਹੈ ਉਸਤਾਦ ਹੁੰਦੇ ਨੇ ਹੋਰ ਲੇਕਿਨ ਮੈਂ ਜਿਹੜੇ ਉਸਤਾਦ ਨੇ ਮੈਨੂੰ ਇਹ ਲੋੜ ਦਾ ਦੱਸਿਆ ਸੀ ਨਾ ਮੈਂ ਉਹਦੀ ਹਜੇ ਵੀ ਇੱਜ਼ਤ ਕਰਨਾ ਉਹਦਾ ਇਹਤਰਾਮ ਕਰਨਾ ਕਿ ਉਹਨੇ ਮੈਨੂੰ ਇਹ ਬੜਾ ਟੈਕਨੋਲੋਜੀ ਵਾਲਾ ਸਵਾਲ ਦਾ ਮਤਲਬ ਜਵਾਬ ਦੱਸਿਆ ਰੋਕਣਾ ਕਿਸ ਤਰ੍ਹਾਂ ਲੋੜ ਆ ਰਿਹਾ ਲੋੜ ਹੈ ਜੇ ਉਹ ਮੈਨੂੰ ਉਹਨੇ ਛਾਪਰ ਦੇ ਨਾਲ ਉਹਦੇ ਨਾਲ ਰੱਸੀ ਦੇ ਨਾਲ ਬੰਨ ਕੇ ਨਾ ਗੀਟਾ ਉਹਨੇ ਦੱਸਿਆ ਸੀ ਬਿਲਕੁਲ ਐਂ ਜੇ ਲੋੜ ਆ ਰਿਹਾ ਤਾਂ ਇਹਨੂੰ ਰੋਕਣਾ ਕਿਸ ਤਰ੍ਹਾਂ ਤੁਸੀਂ ਬੋਮ ਨੂੰ ਜਿਹੜਾ ਨਾ ਇੱਕ ਵਾਰੀ ਜਿੱਧਰ ਨੂੰ ਲੋੜ ਜਾ ਰਿਹਾ ਉੱਧਰ ਨੂੰ ਪਿੱਛੇ ਲੈ ਕੇ ਜਾਣਾ ਫਿਰ ਤੁਸੀਂ ਉਹਦਾ ਸੈਂਟਰ ਕਰ ਲਿਆ ਸਮਝ ਲਓ ਹੁਣ ਰੁਕਣ ਲੱਗਾ ਲੋੜ ਉੱਥੇ ਤੁਸੀਂ ਖਿਲਾਰ ਲੈਣੀ ਫਿਰ ਦੁਬਾਰਾ ਇਹਦੇ ਨੂੰ ਆ ਰਿਹਾ ਤਾਂ ਫਿਰ ਤੁਸੀਂ ਦੁਬਾਰਾ ਥੋੜ੍ਹਾ ਇਹਦੇ ਨੂੰ ਕਰ ਦੇਣਾ ਫਿਰ ਲੋੜ ਰੁਕ ਜਾਏਗਾ ਇਹ ਤਰੀਕੇ ਨਾਲ ਮੈਨੂੰ ਸਮਝਾਇਆ ਸੀ ਇਮਰਾਨ ਉਸਤਾਦ ਇਮਰਾਨ ਉਹਦਾ ਨਾਮ ਅਤੇ ਅਲਹਮਦੁਲਿਲਾ ਸ਼ੁਕਰੀਆ ਉਹਦਾ ਵੀ ਮੈਂ ਅਤੇ ਇਹ ਜਿਹੜੀਆਂ ਨੇ